ਟਰੂਡੋ ਦੇ ਝਟਕੇ ਨਾਲ ਬੁਖਲਾਇਆ ਪੰਨੂ ਕੈਨੇਡਾ ਨੂੰ ਤੋੜਨ ਦੀ ਦਿੱਤੀ ਧਮਕੀ ਪਾਕਿਸਤਾਨ ਦੇ ਸਕੂਲ ਚ ਸੌ ਸਕੂਲੀ ਕਿਤਾਬਾਂ ਤੇ ਬੈਨ ਲਗਾਇਆ ਗਿਆ ਈਸ਼ ਨਿੰਦਾ ਦਾ ਦੋਸ਼ ਅਮਰੀਕਾ ਦੇ ਕਈ ਸ਼ਹਿਰਾਂ ਚ ਹਿੰਸਾ ਇੱਕ ਪ੍ਰਦਰਸ਼ਨਕਾਰੀ ਦੀ ਹੱਤਿਆ ਦੇਸ਼ ਚ ਪਹਿਲੀ ਵਾਰ ਆਏ 50,000 ਦੇ ਕਰੀਬ ਕੋਰੋਨਾ ਕੇਸ ਅਮਰੀਕਾ ਬ੍ਰਾਜ਼ੀਲ ਤੋਂ ਵੱਧ ਹੋਈਆਂ ਮੌਤਾਂ ਲੰਬੇ ਸਮੇਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਗੀਆਂ ਰੌਣਕਾਂ ਪੰਜਾਬ ਚ ਅੱਜ 534 ਨਵੇਂ ਕੋਰੋਨਾ ਮਰੀਜ਼ ਆਏ ਸਾਹਮਣੇ 15 ਮੌਤਾਂ ਐਕਟਿਵ ਮਰੀਜ਼ਾਂ ਦੀ ਗਿਣਤੀ ਹੋਈ 4,000 ਤੋਂ ਪਾਰ ਪੰਜਾਬ ਸਰਕਾਰ ਦਾ ਅਹਿਮ ਫੈਸਲਾ ਕੋਰੋਨਾ ਇਲਾਜ ਲਈ ਨਿੱਜੀ ਹਸਪਤਾਲ ਵੀ ਲੈ ਸਕਣਗੇ ਪਲਾਜ਼ਮਾ ਕੈਪਟਨ ਵੱਲੋਂ ਰੈਫਰੈਂਡਮ 2020 ਦੇ ਨਤੀਜਿਆਂ ਨੂੰ ਰੱਦ ਕਰਨ ਲਈ ਕੈਨੇਡਾ ਸਰਕਾਰ ਦੀ ਵਡਿਆਈ ਲੁਧਿਆਣਾ ਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ 136 ਨਵੇਂ ਮਾਮਲੇ ਆਏ ਸਾਹਮਣੇ ਦੇਸ਼ ਦੁਨੀਆ ਦੀ ਹਰ ਖਬਰ ਤੇ ਨਜ਼ਰ ਰੱਖਣ ਦੇ ਲਈ ਹੁਣ ਸਾਡਾ ਡੇਲੀ ਇੰਟਰਨੈਸ਼ਨਲ ਐਡੀਸ਼ਨ ਪੜ੍ਹਨ ਦੇ ਲਈ ਲੌਗਇਨ ਕਰੋ ਸਾਡੀ ਵੈਬਸਾਈਟ ਤੇ www.apnapunjabmedia.com ਤੇ ਇਸੇ ਦੇ ਨਾਲ ਹੀ ਤੁਸੀਂ ਇੱਥੇ ਸਾਡਾ ਡੇਲੀ ਈ ਪੇਪਰ ਵੀ ਪੜ੍ਹ ਸਕਦੇ ਹੋ ਤੇ ਜਲਦੀ ਵਿਜ਼ਿਟ ਕਰੋ ਸਾਡੀ ਵੈਬਸਾਈਟ ਤੇ